हर जो राख लिया महापत्ते ब
ਭੁਗਦੇ ਲੋਭੀ ਸਿੱਕਾ
ਘਟ ਹੀ ਭੀਤਰ ਬਸੇ ਨਿਰਨਿਰਜਨ ਘਟ ਹੀ ਭੀਤਰ ਬਸੇ ਨਿਰੰਜਨ ਅਭੈ
ਹਜੂ ਰੱਖ ਲਿਓ ਪਤ ਮੇਰੀ
राख ले हो राख ले हो हम ते बिगड़ी हम ते बिगड़ी शील धर्म जप भक्त न कीनी हो अभिमान हाँ अभिमान पेट पकड़ी अमर जान संची एकाया हम ते बिगड़ी अमर जान संची एकाया ए मिथ्या काची गगरी जिन्हें निवाज साज हम किए हम ते बिगड़ी जिन्हें निवाज साज हम किए किसे बिसार अवर लगरी हम ते बिगड़ी सब साल अवर लगरी संदिक तो है सौध नहीं गई शरण परे तुमरी पगरी करमदास एक बेनती सुनियो हजू राख ले हो पत मेरी एक बेनती सुनियो छोटी छोटी गल्ला गुरमत दी गहराई विचों जी असी रोज ना समझांगे ਕਈ ਵਾਰ ਗੁੰਮਰਾਹ ਹੋ ਕੇ ਜ਼ਿੰਦਗੀ ਦਾ ਜੀਵਨ ਦਾ ਬੜਾ ਕੀਮਤੀ ਸਮਾਂ ਗੁਰਮਤਿ ਦੇ ਰਾਹ ਵਿੱਚ ਵੀ ਗੁਆ ਬੈਠਾਂਗੇ ਇਹ ਨਹੀਂ ਕਿ ਗੁਰਮਤਿ ਦੇ ਰਾਹ ਵਿੱਚ ਨਹੀਂ ਗੁਆਚਦਾ ਜੇ ਗੁਰਮਤਿ ਨੂੰ ਨਾ ਸਮਝੀਏ ਤਾਂ ਕਰੀ ਜਾਈਏ ਗੁਰਮਤਿ ਸਮਝ ਕੇ ਤਾਂ ਸਮਾਂ ਤਾਂ ਗੁਆਚਣਾ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਅੱਜ ਦਾ ਇਹ ਸ਼ਬਦ ਇੱਕ ਬੜਾ ਵੱਡਾ ਭੁਲੇਖਾ ਦੂਰ ਕਰ ਰਿਹਾ ਹੈ ਉਹ ਇੱਕ ਲਫ਼ਜ਼ ਤੇ ਉਹ ਹੈ ਪਹਿ ਤਰਾਸ ਡਰ ਅਤੇ ਦੂਜਾ ਉਹ ਭੈ ਤਰਾਸ ਡਰ ਕਦੋਂ ਦਾ ਦੋ ਗੱਲਾਂ ਸਮਝਦੀਆਂ ਨੇ ਤਰਾਸ ਹੈ ਡਰ ਹੈ
ਜਮਾਂ ਦਾ ਜਮ ਕੋ ਤਰਾਸ ਭਇਓ ਔਰ ਅੰਤਰ ਹਰਜੂ ਰੱਖ ਲੈ ਹੋ ਪਤ ਮੇਰੀ ਮੈਨੂੰ ਜਮਾਂ ਤੋਂ ਡਰ ਲੱਗਦਾ ਹੈ ਹੁਣ ਮਸਲਾ ਹੈ ਜਮਾਂ ਤੋਂ ਕਦੋਂ ਡਰ ਲੱਗਦਾ ਹੈ ਇੱਥੇ ਆ ਕੇ ਫਿਰ ਭੁਲੇਖਾ ਖਾ ਗਿਆ ਬ੍ਰਹਮਣਿਜ਼ਮ ਨੂੰ ਇਸੇ ਲਈ ਸਮਝਣਾ ਬਹੁਤ ਜ਼ਰੂਰੀ ਹੈ ਕਿ ਸਾਡੇ ਨਾਲ ਕਿੱਥੇ ਕਿੱਥੇ ਅਨਿਆਏ ਹੋਇਆ ਹੈ ਜਮ ਨੇ ਬ੍ਰਹਮਣਿਜ਼ਮ ਨੇ ਮਨੁੱਖ ਨੂੰ ਜੀਵਨ ਸੁਧਾਰਨ ਦੀ ਗੱਲ ਨਹੀਂ ਕੀਤੀ ਉਹ ਗੱਲ ਸਮਝਣੀ ਹਰ ਗੱਲ ਉਧਾਰ 'ਤੇ ਪਾ ਦਿੱਤੀ ਕਈ ਵਾਰ ਅਰਜ਼ ਕਰਨਾ ਗੁਰੂ ਨਾਨਕ ਦਾ ਵਿਚਾਰਧਾਰਾ ਸਿਧਾਂਤ ਅਤੇ ਬ੍ਰਹਮਣਿਜ਼ਮ ਦਾ ਸਿਧਾਂਤ ਇੱਕ ਦੋ ਲਫਜ਼ਾਂ ਵਿੱਚ ਸਪਸ਼ਟ ਹੋ ਜਾਂਦਾ ਹੈ ਬ੍ਰਹਮਣਿਜ਼ਮ ਦਾ ਸਿਧਾਂਤ ਹੈ ਉਦਾਰ ਧਰਮ ਇੱਥੇ ਕਰੇਗਾ ਅੱਗੇ ਮਿਲੇਗਾ ਉਹ ਅੱਗੇ ਕਿੱਥੇ ਮਿਲੇਗਾ ਕਿੰਨੇ ਵੇਖਿਆ ਕਿਸੇ ਨੇ ਸਵਰਗ ਜਾ ਕੇ ਵੇਖਿਆ ਨਹੀਂ ਜੇ ਵੇਖਿਆ ਤਾਂ ਆ ਕੇ ਦੱਸਿਆ ਨਹੀਂ ਪਰ ਮਰਨ ਤੋਂ ਬਾਅਦ ਸਵਰਗ ਮਿਲੇਗਾ ਸਵਰਗ ਵਿੱਚ ਜਾਏਗਾ ਉਧਾਰ ਘਰ ਅੱਜ ਮੇਰੀ ਮਰਜ਼ੀ ਨਾਲ ਜਿਉਂਦਾ ਰਹੋ ਜਿਵੇਂ ਮੈਂ ਚਾਹਾਂ ਉਸੇ ਤਰ੍ਹਾਂ ਦਾ ਧਰਮ ਕਮਾ ਅਤੇ ਇੰਨਾ ਲੰਬਾ ਉਧਾਰ ਹੈ ਮਰਨ ਤੋਂ ਬਾਅਦ ਉਡੀਕ ਕਰ ਜਿਹੜਾ ਤੈਨੂੰ ਆ ਕੇ ਕਿਸੇ ਨੇ ਨਾ ਦੱਸਿਆ ਨਾ ਤੂੰ ਕਿਸੇ ਨੂੰ ਦੱਸਣਾ ਉਧਾਰ ਵੀ ਇੰਨਾ ਲੰਬਾ ਉਡੀਕ ਕਰ ਮਰਨ ਤੋਂ ਬਾਅਦ ਤੈਨੂੰ ਸਵਰਗ ਮਿਲੇਗਾ ਅਤੇ ਮਨੁੱਖ ਉਹ ਉਧਾਰ ਧਰਮ ਕਮਾਉਣ ਲੱਗ ਪਿਆ ਕਿਉਂਕਿ ਮਨੁੱਖ ਇਸ ਜਨਮ ਵਿੱਚ ਧਰਮੀ ਬਣਨਾ ਨਹੀਂ ਸੀ ਚਾਹੁੰਦਾ ਲਓ ਆਹ ਇੱਕ ਨੁਕਸਾਨ ਹੋ ਗਿਆ ਚਾਹੀਦਾ ਤਾਂ ਇਹ ਸੀ ਨਾ ਕਿ ਐਸੇ ਜਨਮ ਵਿੱਚ ਮਨੁੱਖ ਧਰਮੀ ਬਣ ਜਾਂਦਾ ਸੰਸਾਰ ਸਵਰਗ ਹੋ ਜਾਂਦਾ ਕਿਸੇ ਹੋਰ ਸਵਰਗ ਦੀ ਉਡੀਕ ਹੀ ਨਾ ਪੈਂਦੀ ਜੇ ਕਦੀ ਦੁਨੀਆ ਦਾ ਹਰ ਮਨੁੱਖ ਇਸ ਜੀਵਨ ਵਿੱਚ ਇਸ ਸੰਸਾਰ ਵਿੱਚ ਹੀ ਧਰਮੀ ਬਣ ਜਾਏ ਉਧਾਰ ਧਰਮ ਨਾ ਕਰੇ ਅਤੇ ਵਿਸ਼ਵਾਸ ਕਰਿਓ ਦੁਨੀਆ ਸਵਰਗ ਹੈ ਹੋਰ ਕਿਸੇ ਸਵਰਗ ਪਾਲਣ ਦੀ ਲੋੜ ਹੀ ਨਹੀਂ ਗੁਰੂ ਨੇ ਕਿਉਂ ਆਖਿਆ ਸੁਰਗ ਨਰਕ ਤੇ ਮੈਂ ਰਹੇ ਹੋ ਸਤਿਗੁਰ ਕੇ ਪ੍ਰਸਾਦ ਕਹਿਣ ਲੱਗੇ ਮੈਨੂੰ ਨਾ ਕਿਸੇ ਉਧਾਰ ਦੇ ਨਰਕ ਤੋਂ ਡਰ ਲੱਗਦਾ ਨਾ ਮੈਨੂੰ ਲਾਲਚ ਆਉਂਦਾ ਹੈ ਸਵਰਗ ਦਾ ਸੁਰਗ ਵਾਸ ਨਾ ਬਚੀ ਹੈ
ਡਰੀਏ ਨਾ ਨਰਕ ਨਿਵਾਸ। ਮੈਂ ਤਾਂ ਇਹਨਾਂ ਗੱਲਾਂ ਤੋਂ ਅੱਗੇ ਨਿਕਲ ਗਿਆ। ਕਿਉਂ ਨਿਕਲ ਗਿਆ? ਦੁਨੀਆਂ ਦਾ ਹਰ ਮਨੁੱਖ ਸੋਚੇਗਾ ਸਵਰਗ ਨਰਕ ਇੱਕ ਐਸਾ ਲਾਲਚ ਹੈ, ਮਨੁੱਖ ਦੇ ਮੂੰਹ ਪਾਣੀ ਭਰ ਆਉਂਦਾ ਵੀ ਹੈ ਸਵਰਗ ਮਿਲਦਾ। ਸਾਡੇ ਇਤਿਹਾਸ ਵਿੱਚ ਵੀ ਕਈ ਗੱਲਾਂ ਹੁੰਦੀਆਂ ਨੇ ਕਿ ਇੱਕ ਜੋਗੀ ਸਾਧ ਜਾ ਕੇ ਇਹ ਅਫਵਾਹ ਉਡਾਉਂਦਾ ਜਿਹੜਾ ਮੇਰਾ ਦਰਸ਼ਨ ਕਰੇਗਾ ਆ ਕੇ ਉਹਨੂੰ 100 ਸਾਲ ਦਾ ਸਵਰਗ ਮਿਲੇਗਾ। ਸਾਰੇ ਜਾਂਦੇ ਨੇ, ਬੜੀ ਦੁਨੀਆ ਉਮੜ ਪੈਂਦੀ, ਕਿਹੜਾ ਸਵਰਗ ਨਹੀਂ ਚਾਹੁੰਦਾ। ਕਹਿਣ ਲੱਗਾ ਕੋਈ ਰਹਿ ਤਾਂ ਨਹੀਂ ਗਿਆ ਸਵਰਗ ਤੋਂ ਖਾਲੀ? ਕਹਿਣ ਲੱਗੇ ਜੀ ਇੱਕ ਸਿੱਖ ਹੈ, ਉਹ ਨਹੀਂ ਆਇਆ, ਉਹ ਨਹੀਂ ਆਇਆ। ਕਹਿਣ ਲੱਗੇ ਜਾਂ ਉਹਨੂੰ ਮੇਰਾ ਮੈਸੇਜ ਦਿਓ, ਹੋ ਸਕਦਾ ਮੈਸੇਜ ਨਾ ਪਹੁੰਚਿਆ। ਹਿਸਟਰੀ ਹੈ, ਇਤਿਹਾਸ। ਮੈਂ ਇਤਿਹਾਸਕ ਵਿਸਥਾਰ ਵਿੱਚ ਨਹੀਂ ਜਾਣਾ ਚਾਹੁੰਦਾ, ਪਰ ਐਗਜ਼ਾਮਪਲ ਵਜੋਂ ਇਤਿਹਾਸ ਦੀ ਗਵਾਹੀ ਦੇਣਾ ਚਾਹੁੰਦਾ। ਜਾਂ ਉਹਨੂੰ ਦੱਸ ਦਿਓ, ਦੱਸ ਦਿੱਤਾ। ਕਹਿਣ ਲੱਗਾ ਨਹੀਂ, ਮੈਨੂੰ ਕਿਸੇ ਉਧਾਰ ਧਰਮ ਦੀ, ਕਿਸੇ ਉਧਾਰ ਸਵਰਗ ਦੀ ਲੋੜ ਨਹੀਂ। ਮੇਰੇ ਗੁਰੂ ਨੇ ਮੈਨੂੰ ਇੱਥੇ ਹੀ ਸਵਰਗ ਦੇ ਦਿੱਤਾ, ਮੈਨੂੰ ਕਿਸੇ ਉਧਾਰ ਸਵਰਗ ਦੀ ਲੋੜ ਨਹੀਂ। ਦੇਖੋ ਆਹ ਗੱਲ ਅੱਜ ਦੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਸ਼ਬਦ ਵਿੱਚੋਂ ਅਸੀਂ ਸਮਝਣੀ ਹੈ। ਕਿਸੇ ਉਧਾਰ ਧਰਮ ਦੀ ਲੋੜ ਨਹੀਂ, ਅਤੇ ਡਰ ਵੀ ਉਧਾਰ ਰੱਖਿਆ, ਇਹ ਨਹੀਂ ਕਿ ਲਾਲਚ ਹੀ ਉਧਾਰ ਰੱਖਿਆ, ਡਰ ਵੀ ਉਧਾਰ ਰੱਖਿਆ। ਕਿਉਂਕਿ ਪਤਾ ਸੀ ਵੀ ਡਰ ਹੁਣੇ ਦਿਖਾਉਣਾ ਤਾਂ ਬੜਾ ਔਖਾ ਹੋਏਗਾ, ਕਿਹੜਾ ਜਮੈ, ਕਿਹੜਾ ਮਾਰੇਗਾ। ਹੋ ਸਕਦਾ ਅੱਜ ਦੇ ਇਤਿਹਾਸ ਵਿੱਚ, ਅੱਜ ਦੇ ਕਾਨੂੰਨ ਵਿੱਚ ਜੋ ਕਿਸੇ ਨੂੰ ਕੋਈ ਮਾਰਨ ਲੱਗੇ ਜਮ ਬਣ ਕੇ, ਅਤੇ ਉਹਦੇ 'ਤੇ ਕੋਈ ਕੇਸ ਵੀ ਦਾਇਰ ਹੋ ਜਾਏ। ਇਸ ਲਈ ਮਰਨ ਵਾਲਾ ਜਮ ਵੀ ਅਗਲੇ ਜਨਮ ਵਿੱਚ ਮਰੇਗਾ, ਮਰਨ ਤੋਂ ਬਾਅਦ ਤੈਨੂੰ ਜਮ ਕਰਨਗੇ। ਗੁਰੂ ਨੇ ਵੀ ਬਾਣੀ ਅੰਦਰ ਇਸ ਗੱਲ ਦਾ ਜ਼ਿਕਰ ਕੀਤਾ, ਲੇਕਿਨ ਇੱਕ ਐਗਜ਼ਾਮਪਲ ਦੇ ਕੇ ਕਿ ਬ੍ਰਹਮਣਿਜ਼ਮ ਦਾ ਖਿਆਲ ਹੈ। ਹੁਣ ਇੱਥੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਵੀ ਇਹੋ ਲਫ਼ਜ਼ ਵਰਤੇ ਨੇ, ਪਰ ਮਤ ਸਮਝਿਓ ਡਰਾਉਣ ਲਈ, ਇੱਕ ਭੁਲੇਖਾ ਦੂਰ ਕਰਨ ਲਈ ਲਫ਼ਜ਼ ਨੇ। ਹਰ ਜੂ ਰੱਖ ਲਿਆ ਪਤ ਮੇਰੀ, ਪਤ ਕਹਿੰਦੇ ਨੇ ਇੱਜ਼ਤ ਮਾਣ। ਦੁਨੀਆਂ ਦਾ ਹਰ ਮਨੁੱਖ ਜੋ ਕੰਮ ਕਰਦਾ ਹੈ, ਮਾੜਾ ਕੰਮ ਕਰੇ ਫਿਰ ਵੀ ਮਾਣ ਚਾਹੁੰਦਾ ਹੈ, ਚਾਹੁੰਦਾ ਆ ਮਾੜੇ ਕੰਮ 'ਤੇ ਪੜਦਾ ਕਿਉਂ ਪਾਉਂਦਾ? ਚੋਰ ਅੰਧੇਰੇ ਵਿੱਚ ਚੋਰੀ ਕਿਉਂ ਕਰਦਾ? ਤਾਂ ਕਿ ਕੋਈ ਵੇਖੇ ਨਾ, ਕੋਈ ਇਹ ਨਾ ਸਮਝ ਲੈ ਵੀ ਇਹ ਚੋਰ ਹੈ। ਚੋਰੀ ਕਰਦਾ ਪਰ ਚੋਰੀ ਦਿਖਾਉਣਾ ਨਹੀਂ ਚਾਹੁੰਦਾ। ਕਿਉਂ? ਕਿਉਂਕਿ ਜੇ ਲੋਕਾਂ ਨੂੰ ਪਤਾ ਲੱਗ ਗਿਆ ਮੇਰੀ ਇੱਜ਼ਤ ਨਹੀਂ ਰਹਿਣੀ, ਲੋਕ ਸਮਝਣਗੇ ਚੋਰ ਹੈ।
ਗੁਆਂਢੀ ਵੀ ਨਫ਼ਰਤ ਕਰਨਗੇ। ਇਸ ਲਈ ਮੈਂ ਚੋਰੀ ਕਰਾਂ ਪਰ ਕਿਸੇ ਨੂੰ ਪਤਾ ਨਾ ਲੱਗੇ ਵੀ ਮੈਂ ਚੋਰ ਹਾਂ। ਮਨੁੱਖ ਪਤ ਚਾਹੁੰਦਾ, ਪਤ ਕਹਿੰਦੇ ਨੇ ਇੱਜ਼ਤ ਨੂੰ। ਗੁਰੂ ਨੇ ਵੀ ਪਾਣੀ ਵਿੱਚ ਆਖਿਆ, ਪਤ ਅਪਤ ਤਾਂ ਕੀ ਨਹੀਂ ਲਾਜ, ਤਬ ਜਾਣੋਗੇ ਜਬ ਉਗਰੇ ਗੋਪਾਜ। ਯਾਰ ਤੈਨੂੰ ਫਿਕਰ ਹੋਣਾ ਚਾਹੀਦਾ ਹੈ, ਪਤ ਇੱਜ਼ਤ ਰਹੇ, ਪਤ ਇੱਜ਼ਤ ਰਹੇ। ਪਰ ਪੜਦੇ ਵਿੱਚ ਇੱਜ਼ਤ ਨਹੀਂ, ਆਪਣੇ ਗੁਨਾਹਾਂ 'ਤੇ ਪੜਦਾ ਪਾਉਣ ਦੀ ਕੋਸ਼ਿਸ਼ ਨਾ ਕਰ ਕਿ ਮੇਰੀ ਪਤ ਰਹਿ ਜਾਏ। ਤੈਨੂੰ ਪਤਾ ਹੋਵੇ ਉਹ ਜਿਹੜਾ ਪੜਦਾ ਪਾਵੇਗਾ ਉਹ ਸੰਸਾਰ ਅੰਦਰ ਇਹ ਸਮਝੇਗਾ ਵੀ ਦੁਨੀਆਂ ਦੇ ਲੋਕ ਜਿਹੜੇ ਨੇ ਉਹ ਤਾਂ ਮੇਰੇ ਗੁਨਾਹਾਂ ਨੂੰ ਜਾਣਦੇ ਨਹੀਂ, ਮਰਨ ਤੋਂ ਬਾਅਦ ਜਮ ਘਿਰਨਗੇ, ਉਹ ਉਧਾਰ ਧਰਮ ਦਾ ਹਿੱਸੇਦਾਰ ਹੋਵੇਗਾ। ਕਿਉਂਕਿ ਬ੍ਰਾਹਮਣ ਨੇ ਉਹਨੂੰ ਆਖਿਆ ਮਰਨ ਤੋਂ ਬਾਅਦ ਜਮਾਣੇ ਤੈਨੂੰ ਸਪਾਉਣਾ ਹੈ। ਅਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਇਸ ਸ਼ਬਦ ਵਿੱਚ ਸਪਸ਼ਟ ਕੀਤਾ, ਕਹਿਣ ਲੱਗੇ ਮੈਂ ਸਮਝਣਾ ਤਰਾਸ ਡਰ ਭੈ ਜਿਹਨੂੰ ਮਿਟਾਉਣ ਲਈ ਜੇ ਮਰਨ ਤੋਂ ਬਾਅਦ ਹੋਣਾ ਹੈ ਤਾਂ ਫਿਰ ਮੈਂ ਮਰਨ ਤੋਂ ਵੀ ਡਰਨਾ। ਆ ਮਰਨ ਤੋਂ ਮੈਨੂੰ ਕਿਉਂ ਡਰਦਾ, ਨਹੀਂ ਤਾਂ ਹਰ ਨੂੰ ਪਤਾ ਵੀ ਮਰਨਾ ਹੈ ਹੀ। ਗੁਰੂ ਤੇ ਆਖ ਰਿਹਾ ਨਾ ਚਿੰਤਾ ਤਾਂ ਕੀ ਕੀਜੀ ਹੈ ਜੋ ਅਣਹੋਣੀ ਹੋਏ। ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕਹਿ, ਜੋ ਆਇਆ ਸੋ ਚਲ ਸੀ, ਸਭ ਕੋਈ ਆਈ ਵਾਰੀ ਹੈ। ਜੇ ਤੂੰ ਜੇ ਸਹਿ ਵਰਿਆ ਜੀਵਨਾ ਭੀ ਤਨ ਹੋ ਸਿੱਖੇ, ਜੇ 100 ਵਰਿਆ ਵੀ ਜੀ ਲਏਗਾ ਫਿਰ ਵੀ ਤਨ ਨੇ ਤਾਂ ਖਾਕ ਹੋਣਾ ਹੀ ਹੋਣਾ ਹੈ। ਅਤੇ ਜਿਹੜੀ ਚੀਜ਼ ਹੋਣੀ ਹੋਣੀ ਹੈ ਉਹਦੇ ਲਈ ਤਾਂ ਮਨੁੱਖ ਨੂੰ ਤਿਆਰੀ ਹੋਣੀ ਚਾਹੀਦੀ ਹੈ। ਡਰ ਤਾਂ ਨਹੀਂ ਨਾ ਹੋਣਾ ਚਾਹੀਦਾ, ਡਰਿਆ ਕੀ ਬਣੇਗਾ, ਉਹ ਤਾਂ ਹੋਣੀ ਹੋਣੀ ਹੈ। ਪਰ ਮਨੁੱਖ ਮੌਤ ਤੋਂ ਡਰਦਾ, ਅਜੀਬ ਗੱਲ ਹੈ, ਹਾਲਾਂਕਿ ਇਹਨੂੰ ਪਤਾ ਹੈ ਹੋਣੀ ਹੋਣੀ। ਸਤਿਗੁਰੂ ਨੇ ਬਾਣੀ ਵਿੱਚ ਆਖਿਆ ਮਰਨੇ ਤੇ ਜਗਤ ਡਰੇ, ਜੀਵਿਆ ਲੋੜੇ ਸਭ ਕੋਏ। ਦੁਨੀਆ ਦਾ ਹਰ ਮਨੁੱਖ ਮੌਤ ਤੋਂ ਡਰਦਾ, ਮੌਤ ਦੀ ਗੱਲ ਨਹੀਂ ਸੁਣਨਾ ਚਾਹੁੰਦਾ। ਹਾਲਾਂਕਿ ਇਹਨੂੰ ਪਤਾ ਹੈ ਮੌਤ ਆਉਣੀ ਹੀ ਆਉਣੀ, ਪਰ ਡਰਦਾ ਹੈ। ਕਿਉਂ ਡਰਦਾ ਹੈ? ਕਿਉਂਕਿ ਉਧਾਰ ਧਰਮ ਵਾਲਿਆਂ ਨੇ ਇਹਦੇ ਦਿਮਾਗ ਵਿੱਚ ਬਿਠਾ ਦਿੱਤਾ ਵੀ ਮਰਨ ਤੋਂ ਬਾਅਦ ਤੈਨੂੰ ਸਜ਼ਾ ਮਿਲਣੀ। ਲੋ ਜਿਹਨੂੰ ਪਤਾ ਹੋਵੇ ਨਾ ਵੀ ਇੱਥੇ ਗੁਨਾਹ ਕਰਾਂਗਾ ਤਾਂ ਇੱਥੇ ਹੀ ਸਜ਼ਾ ਮਿਲੇਗੀ। ਜੈਸਾ ਬੀਜੇ ਸੋ ਲੈਣਾ ਕਰਮ ਸੰਤ ਰੱਖੇ, ਇੱਥੇ ਬੀਜਾਂ ਵੇਖ ਮੰਗੇ ਅੰਮ੍ਰਿਤ ਵੇਖਿਆ ਨਿਆਓ। ਕਹਿਣ ਲੱਗੇ ਚੰਗਾ ਨਿਆਓ ਅਤੇ ਧਰਮ ਦਾ ਨਿਓ, ਕਿ ਧਰਮ ਦਾ ਹੈ ਹੀ ਨਿਓ ਦਾ ਹਿੱਸਾ। ਚੰਗਾ ਚੰਗਾ ਧਰਮ ਤੇਰਾ ਨਿਆਓ ਵੀ ਜ਼ਹਿਰ ਬੀਜ ਅਤੇ ਅੰਮ੍ਰਿਤ ਮੰਗ। ਬੀਜੇ ਵੇਖ ਮੰਗੇ ਅੰਮ੍ਰਿਤ ਵਿਖੋਏ ਨਿਆਓ। ਪਰ ਮਨੁੱਖ ਇੰਨਾ ਅਜਾਣ ਹੈ
ਕਿ ਉਸ ਉਧਾਰ ਧਰਮ ਨੂੰ ਅਪਣਾ ਬੈਠਾ ਹੈ ਅਤੇ ਉਹਦੇ ਤੋਂ ਡਰੀ ਜਾਂਦਾ ਹੈ। ਅਤੇ ਗੁਰੂ ਨਾਨਕ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਇਸੇ ਲਈ ਜਿੱਥੇ ਤਰਾਸ ਦਾ, ਡਰ ਦਾ, ਭੈ ਦਾ ਮਸਲਾ ਲਿਆਂਦਾ, ਇਸ ਸ਼ਬਦ ਵਿੱਚ ਤਿੰਨ ਵਾਰ, ਦੋ, ਇੱਕ ਵਾਰ ਭੈ ਲਫਜ਼ ਆਇਆ, ਇੱਕ ਵਾਰ ਅਭੈ ਲਫਜ਼ ਆਇਆ, ਇੱਕ ਵਾਰ ਤਰਾਸ ਲਫਜ਼ ਆਇਆ। ਤਰਾਸ ਦਾ ਮਤਲਬ ਵੀ ਡਰ ਹੈ, ਭੈ ਦਾ ਮਤਲਬ ਵੀ ਡਰ, ਅਭੈ ਦਾ ਮਤਲਬ ਭੈ ਰਹਿਤ, ਉੱਥੇ ਵੀ ਭੈ ਦਾ ਮਸਲਾ ਹੈ। ਪਰ ਫੈਸਲਾ ਅਭੈ 'ਤੇ ਕੀਤਾ ਨੇ, ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਸ਼ਬਦ ਜਿਹੜਾ ਨਾ, ਇਹਦੇ ਵਿੱਚ ਦੇਖੋਗੇ ਫੈਸਲਾ ਅਭੈ 'ਤੇ ਹੈ, ਤਰਾਸ 'ਤੇ ਨੇ ਨਾ, ਭੈ 'ਤੇ ਹੈ, ਕਿਉਂਕਿ ਇਹ ਦੋਨੋਂ ਚੀਜ਼ਾਂ ਉਧਾਰ ਧਰਮ ਦੀਆਂ ਨੇ। ਹੁਣ ਦੁਬਾਰਾ ਸ਼ਬਦ ਨੂੰ ਪੜ੍ਹੋ। ਹਰ ਜੂ ਰੱਖ ਲਿਓ ਪੱਤ ਮੇਰੀ, ਜੰਗ ਕੋ ਤਰਾਸ ਭਇਆ ਔਰ ਅੰਤਰ। ਉਧਾਰ ਧਰਮ ਵਾਲਿਆਂ ਨੇ ਮੇਰੇ ਅੰਦਰ ਜਮਾਂ ਦੀ ਤਰਾਸ ਹੈ, ਮਰਨ ਤੋਂ ਬਾਅਦ ਜਮ ਘੇਰਨਗੇ, ਮਰਨ ਤੋਂ ਬਾਅਦ ਘੇਰਨਗੇ, ਇਹਦਾ ਮਤਲਬ ਆਪਣੇ ਜੀਵਨ ਵਿੱਚ ਤੂੰ ਜਿੰਨੇ ਮਰਜ਼ੀ ਗੁਨਾਹ ਕਰੀ ਚੱਲ, ਫਿਕਰ ਨਾ ਕਰ, ਮਰਨ ਤੋਂ ਬਾਅਦ ਤਾਂ ਤੇਰਾ ਸਰੀਰ ਰਹਿਣਾ ਹੀ ਨਹੀਂ, ਤੇਰੀ ਆਤਮਾ ਚੇਤਨ ਤਾਂ ਰਹਿਣੀ ਨਹੀਂ, ਕੀ ਹੋਣਾ। ਨਾਲ ਇਹ ਵੀ ਕਹੀ ਜਾਂਦਾ ਧਰਮ ਵਾਲਾ, ਉਧਾਰ ਧਰਮ ਵਾਲਾ ਇਹ ਵੀ ਸਮਝਾਈ ਜਾਂਦਾ ਹੈ ਕਿ ਮਰਨ ਤੋਂ ਬਾਅਦ ਤੇਰੀ ਚੇਤਨ ਤਾਂ ਖਤਮ ਹੋ ਜਾਣੀ। ਪਰ ਕਹਿੰਦੇ ਨੇ ਜਮ ਕੋ ਤਰਾਸ ਭਇਓ ਔਰ ਅੰਤਰ। ਉਧਾਰ ਧਰਮ ਦਾ ਨਤੀਜਾ ਨਿਕਲਿਆ ਕਿ ਜਮਾਂ ਦੀ ਤਰਾਸ ਹਿਰਦੇ ਵਿੱਚ ਪੈਦਾ ਹੋ ਰਹੀ ਹੈ। ਮੈਂ ਇਸੇ ਲਈ ਤੇਰੀ ਸ਼ਰਨ ਆਇਆ, ਮੈਂ ਉਹਨਾਂ ਦੀ ਗੱਲ ਕਰ ਰਿਹਾ ਜਿਹੜੇ ਉਧਾਰ ਧਰਮ ਦੀ ਦਾ ਸਤਿਕਾਰ, ਜਿਹੜੇ ਉਧਾਰ ਧਰਮ ਨੂੰ ਮੰਨਦੇ ਨੇ। ਕਹਿੰਦੇ ਨੇ ਜਮ ਕੋ ਤਰਾਸ ਭਇਓ ਔਰ ਅੰਤਰ, ਸ਼ਰਨ ਗਈ ਕਿਰਪਾ ਨਿਤੇਰੀ। ਮੈਂ ਤੇਰੀ ਸ਼ਰਨ ਆਇਆ, ਮੈਨੂੰ ਉਧਾਰ ਧਰਮ ਦਾ ਜਮ ਨਹੀਂ ਚਾਹੀਦਾ। ਮਹਾਂਪਤਤ ਮੁਗਧ ਲੋਭੀ ਫੁਣ ਕਰਤ ਪਾਪ ਅਭਹਾਰਾ, ਹੈਂ ਪਾਪ ਅਨੇਕਾਂ ਵੱਡੇ ਵੱਡੇ ਪਾਪ ਇਕੱਠੇ ਕਰ ਲੈ, ਅਤੇ ਨਾਲ ਹੀ ਡਰ ਪੈ ਗਿਆ ਕਿ ਮਰਨ ਤੋਂ ਬਾਅਦ ਜਮ ਘਿਰਨਗੇ, ਇਸ ਲਈ ਮਰਨ ਤੋਂ ਵੀ ਡਰਨ ਲੱਗ ਪਿਆ, ਕਿਉਂਕਿ ਉਧਾਰ ਜਿਹੜੇ ਪਾਪ ਨੇ ਉਹਨਾਂ ਦਾ ਉਧਾਰ 'ਤੇ ਜਾ ਕੇ ਮਰਨ ਤੋਂ ਬਾਅਦ ਉਤਰਨਾ। ਕਹਿਣ ਲੱਗੇ ਭੈ ਮਰਬੇ ਕੋ ਬਿਸਰਤ ਨਾ ਹੈ, ਹੁਣ ਮਰਨ ਦਾ ਡਰ ਵੀ ਪੈਦਾ ਹੋ ਗਿਆ ਹੈ। ਅਜੀਬ ਗੱਲ ਹੈ, ਜਿੱਥੇ ਗੁਰੂ ਨਾਨਕ ਦਾ ਕੈਸ਼ ਧਰਮ ਹੈ ਉੱਥੇ ਉਹ ਕਹਿੰਦਾ ਜਿਸ ਮਰਨੇ 'ਤੇ ਜਗ ਡਰੇ ਮੇਰੇ ਮਨ ਆਨੰਦ। ਦੇਖੋ ਕਿੰਨਾ ਫਰਕ ਹੈ। ਗੁਰੂ ਆਖਦਾ ਜਿਸ ਮਰਨੇ 'ਤੇ ਜਗ ਡਰੇ ਮੇਰੇ ਮਨ ਆਨੰਦ, ਮਰਨੇ ਹੀ 'ਤੇ ਪਾਈਏ ਪੂਰਨ ਪਰਮਾਨੰਦ।
ਪਰਮ ਆਨੰਦ, ਕਿਉਂਕਿ ਉਸ ਮਰਨ, ਇਸ ਮਰਨ ਤੋਂ ਬਾਅਦ ਜਿਹੜਾ ਸਰੀਰ ਦਾ ਕਰਮ, ਧਰਤੀ ਦਾ ਕਰਮ ਹੈ, ਉਹ ਖਤਮ ਹੋ ਜਾਂਦਾ ਹੈ। ਕਹਿਣ ਲੱਗੇ ਪਰ ਉੱਧਰ ਕੀ ਹੈ ਵੀ ਮਰਨ ਤੋਂ ਵੀ ਡਰਨ ਲੱਗ ਪਿਆ, ਕਿਉਂ? ਕਿਉਂਕਿ ਮਰਨ ਤੋਂ ਬਾਅਦ ਹਿਸਾਬ ਦੇਣਾ ਪਏਗਾ। ਮਰਨ ਤੋਂ ਬਾਅਦ ਜੰਮ ਕੇ ਰਹਿਣਗੇ, ਸਭ ਕੁਝ ਉਧਾਰ 'ਤੇ ਚਲਾ ਗਿਆ ਨਾ, ਉਹਦਾ ਨਤੀਜਾ ਨਿਕਲਿਆ। ਮਨੁੱਖ ਨੇ ਇਸ ਜਨਮ ਵਿੱਚ ਮਾਂ ਪਤਤ ਮੁਗਧ ਲੋਭੀ ਫੁਣ ਕਰਤ ਪਾਪ ਅਬਹਾਰਾ, ਇੱਥੇ ਤਾਂ ਨਿਰੇ ਪਾਪ ਪਾਪ ਹੀ ਪਸਰ ਗਏ, ਕੋਈ ਨਹੀਂ ਮਰਨ ਤੋਂ ਬਾਅਦ ਦੇਖਾਂਗੇ। ਪਰ ਹੁਣ ਮੈਨੂੰ ਇੱਕ ਨਵਾਂ ਭੈ ਪੈਦਾ ਹੋ ਗਿਆ, ਉਹ ਮਰਨ ਦਾ, ਕਿਉਂਕਿ ਮਰਨ ਤੋਂ ਬਾਅਦ ਜਮਾਨ ਘੇਰਨਾ ਹੈ। ਭੈ ਮਰਬੇ ਕੋ ਵਿਸਰਤ ਨਾ ਹਨ, ਅੱਗੇ ਮੇਰਾ ਜਮਾਂ ਦਾ ਭੈ ਸੀ, ਹੁਣ ਨਾਲ ਮਰਨ ਦਾ ਭੈ ਵੀ ਹੋ ਗਿਆ, ਕਿਉਂਕਿ ਮਰਨ ਤੋਂ ਬਾਅਦ ਹੀ ਜਮਾਨ ਘੇਰਨਾ ਹੈ, ਮਰਨ ਤੋਂ ਬਾਅਦ ਹੀ ਹਿਸਾਬ ਦੇਣਾ ਪੈਣਾ ਹੈ। ਕਹਿਣ ਲੱਗੇ ਭੈ ਮਰਬੇ ਕੋ ਵਿਸਰਿਤ ਨਾਹਿਣ ਤੇ ਚਿੰਤਾ ਤਨ ਜਾਰਾ। ਉਹਦਾ ਨਤੀਜਾ ਇਹ ਨਿਕਲਿਆ ਕਿ ਮਨੁੱਖ ਨੇ ਮੌਤ ਤੋਂ, ਜਨਮ ਮਰਨ ਤੋਂ ਬਚਣ ਲਈ ਅਨੇਕਾਂ ਧਰਮ ਕਰਮ ਨਿਸ਼ਚਿਤ ਕਰ ਲਏ ਵੀ ਮੈਂ ਮੁਕਤ ਹੋ ਜਾਵਾਂ। ਆ ਮੁਕਤੀ ਦਾ ਲਫਜ਼ ਉੱਥੇ ਆਇਆ ਜਿੱਥੇ ਇਹ ਆਇਆ ਵੀ ਹੁਣ ਮੈਂ ਜਨਮ ਮਰਨ ਤੋਂ ਰਹਿਤ ਹੋ ਜਾਵਾਂਗਾ, ਮੁਕਤ ਹੋ ਜਾਵਾਂਗਾ, ਹੁਣ ਮੈਂ ਜਨਮ ਮਰਨ 'ਚ ਨਹੀਂ ਆਵਾਂਗਾ। ਕਹਿਣ ਲੱਗੇ ਇਹ ਵੀ ਉੱਥੋਂ ਹੀ ਖਿਆਲ ਪੈਦਾ ਹੋਇਆ, ਜਿਨ੍ਹਾਂ ਨੂੰ ਇਹ ਪਤਾ ਉਦਾਰ ਧਰਮ 'ਚ ਲੱਗਾ ਵੀ ਮਰਨ ਤੋਂ ਬਾਅਦ ਆਹ ਕੁਝ ਹੋਣਾ ਹੈ, ਇਸ ਲਈ ਚੰਗੀ ਗੱਲ ਇਹ ਹੈ ਵੀ ਮਰੀਏ ਹੀ ਨਾ, ਜੇ ਮਰੀ ਜਨਮ ਲਵਾਂਗੇ ਤਾਂ ਮਰਾਂਗੇ ਜ਼ਰੂਰ, ਇਸ ਲਈ ਜਨਮ ਮਰਨ ਤੋਂ ਰਹਿਤ ਹੋਣ ਲਈ ਮੁਕਤੀ ਚਾਹੀਦੀ ਹੈ। ਕੀ ਇਹ ਉਪਾਵ ਮੁਕਤ ਕੇ ਕਾਰਨ ਤੰਗ ਸਕੋਠ ਆਇਆ? ਇਸ ਭੁਲੇਖੇ ਨੇ ਮਨੁੱਖ ਨੂੰ ਹੋਰ ਕੁਰਾਹੇ ਪਾ ਦਿੱਤਾ। ਉਸ ਮੁਕਤੀ ਦੀ ਭਾਲ ਵਿੱਚ ਇਹ ਤੀਰਥਾਂ 'ਤੇ ਗਿਆ, ਉਸ ਮੁਕਤੀ ਦੀ ਭਾਲ ਵਿੱਚ ਇਹ ਜੰਗਲਾਂ ਵਿੱਚ ਫਿਰਦਾ ਰਿਹਾ, ਉਸ ਮੁਕਤੀ ਦੀ ਭਾਲ ਵਿੱਚ ਇਹ ਹੱਥ ਵਿੱਚ ਮਾਲਾ ਫੜ ਕੇ ਜਪ ਤਪ ਕਰਦਾ ਰਿਹਾ। ਕੀ ਇਹ ਉਪਾਵ ਮੁਕਤ ਕੇ ਕਾਰਨ? ਜਿੰਨੇ ਕਾਰਨ ਕਿ ਇਹਨੇ ਕੰਮ ਕੀਤੇ ਧਰਮ ਦੇ, ਜਿਨ੍ਹਾਂ ਦੇ ਨਾਮ ਨਾਲ ਧਰਮ ਜੁੜਦਾ ਸੀ, ਉਹਦਾ ਖਿਆਲ ਸੀ ਵੀ ਇਹਨਾਂ ਕੰਮਾਂ ਨਾਲ ਮੁਕਤ ਹੋ ਜਾਈਦਾ, ਅਤੇ ਮੁਕਤ ਦਾ ਮਤਲਬ ਸੀ ਜਨਮ ਮਰਨ ਤੋਂ ਰਹਿਤ ਹੋ ਜਾਈਦਾ, ਅਤੇ ਜਨਮ ਮਰਨ ਤੋਂ ਰਹਿਤ ਹੋਣ ਦਾ ਮਤਲਬ ਸੀ ਜਦੋਂ ਅਸੀਂ ਮਰਾਂਗੇ ਹੀ ਨਹੀਂ, ਜੰਮਾਂਗੇ ਨਹੀਂ ਅਤੇ ਮਰਾਂਗੇ ਕਿਵੇਂ, ਅਤੇ ਜੇ ਮਰਾਂਗੇ ਨਹੀਂ ਤਾਂ ਜੰਮ ਕਿਵੇਂ ਘੇਰਨਗੇ? ਉਦਾਰ ਧਰਮ ਦਾ ਸਾਰਾ ਡਰ ਜਿਹੜਾ ਸੀ ਉਹਨੇ ਇੱਥੇ ਆ ਕੇ ਕੇਂਦਰਿਤ ਕਰ ਦਿੱਤਾ। ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਣੀ ਪੜ੍ਹਨ ਅਤੇ ਹੈਰਾਨ ਹੁੰਦਾ, ਦੋ ਸ਼ਬਦ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ, ਇੱਕ ਸ਼ਬਦ ਵਿੱਚ ਬਾਬਾ ਕਬੀਰ ਇਹ ਕਹਿੰਦੇ ਨੇ ਕਿ ਹੇ ਮੇਰੇ ਮਾਲਕ, ਬਾਬਾ ਅਬ ਨਾ ਬਸੋਂ ਇਹ ਗਾਉਂ, ਮੈਂ ਇਸ ਨਗਰੀ ਵਿੱਚ, ਦੇਹ ਦੀ ਨਗਰੀ ਵਿੱਚ ਨਹੀਂ ਰਹਿਣਾ ਚਾਹੁੰਦਾ,
ਕਿਉਂਕਿ ਪਤਾ ਲੱਗਾ ਇਹ ਘੜੀ ਘੜੀ ਕਾਲੀ ਅੱਖਾਂ ਮੰਗੇ ਕਾਇਬ ਚੇਤੂ ਨਾਉ, ਕਿਉਂਕਿ ਮੈਨੂੰ ਉਧਾਰ ਧਰਮ ਵਾਲਿਆਂ ਨੇ ਸਮਝਾਇਆ ਕਿ ਤੈਨੂੰ ਰਾਜ ਅਭਲੇਖਾ ਮੰਗੇ ਬਾਕੀ ਨਿਕਸੀ ਭਾਰੀ। ਇਹ ਡਰ ਪੈਦਾ ਹੋ ਗਿਆ, ਇਸ ਲਈ ਮੈਂ ਚਾਹੁੰਦਾ ਆਪ ਨਾ ਬਸੋ ਇਹ ਗਾਉਂ। ਮੈਂ ਗਾਉਂ ਵਿੱਚ ਭਾਵ ਇਸ ਕਾਇਆ ਵਿੱਚ ਇਸ ਜੀਵਨ ਵਿੱਚ ਨਹੀਂ ਰਹਿਣਾ ਚਾਹੁੰਦਾ, ਜਨਮ ਵਿੱਚ ਨਹੀਂ ਆਉਣਾ ਚਾਹੁੰਦਾ ਹੈ। ਅਤੇ ਦੂਜੇ ਪਾਸੇ ਗੁਰੂ ਸਾਹਿਬ ਜਵਾਬ ਦਿੰਦੇ ਨੇ ਬਾਬਾ ਕਬੀਰ ਨੂੰ, ਕਹਿੰਦੇ ਨਹੀਂ ਉਹ ਉਧਾਰ ਧਰਮ ਹੈ, ਉਹ ਉਧਾਰ ਧਰਮ ਹੈ। ਬਲਕਿ ਲਫਜ਼ ਬੜੇ ਮਿਲਦੇ ਜੁਲਦੇ ਅਜੀਬ ਸ਼ਬਦ ਦੋ ਨੇ ਔਰ ਦੋਵਾਂ ਸ਼ਬਦਾਂ ਦੀ ਸ਼ਬਦਾਵਲੀ ਬਿਲਕੁਲ ਮਿਲਦੀ ਜੁਲਦੀ। ਉੱਥੇ ਹੈ ਬਾਬਾ ਆਬ ਨਾ ਬਸੋ ਏ ਗਾਓ, ਇੱਥੇ ਹੈ ਬਾਬਾ ਦੇ ਵਸਾਂ ਸੱਚ ਗਾਵਾਂ। ਉਹ ਗੁਰੂ ਅਰਜਨ ਸਾਹਿਬ ਦਾ ਸ਼ਬਦ ਹੈ, ਉਹ ਬਾਬਾ ਕਬੀਰ ਜੀ ਦਾ, ਉਹਦਾ ਜਵਾਬ ਹੈ, ਸਮਝਾਉਣਾ ਹੈ। ਭਲਿਆ ਉਧਾਰ ਧਰਮ ਦੇ ਪਿੱਛੇ ਲੱਗ ਕੇ ਆਪਣੇ ਜੀਵਨ ਨੂੰ ਤੋਖਲੇ ਵਿੱਚ, ਤਰਾਸ ਵਿੱਚ, ਡਰ ਵਿੱਚ ਨਾ ਪਾ। ਕਹਿਣ ਲੱਗੇ ਮੈਂ ਤਾਂ ਚਾਹੁੰਦਾ ਮੈਨੂੰ ਵਾਰ ਵਾਰ ਵੀ ਜੀਵਨ ਮਿਲੇ, ਪਰ ਮਿਲੇ ਸੱਚ ਗਾਉਣ ਵਾਸਤੇ। ਸੱਚ ਗਾਉਂਦਾ ਰਹਾਂ, ਸੱਚ ਨਾਲ ਜੁੜਿਆ ਰਹਾਂ, ਭਾਵੇਂ ਮੈਨੂੰ ਵਾਰ ਵਾਰ ਜਨਮ ਮਿਲੇ। ਬਾਬਾ ਦੇ ਵਸਾਂ ਸੱਚ ਗਾਵਾਂ, ਜਾਂ ਤਾਂ ਸਹਿਜ ਸਹਿਜ ਸਮਾਵਾਂ। ਦੋਵਾਂ ਦੇ ਸ਼ਬਦਾਂ ਦੇ ਮੁਕਾਬਲੇ 'ਤੇ ਰੱਖ ਕੇ ਵੇਖ ਲਓ ਕਿਹੜਾ ਖੂਬਸੂਰਤ ਜਵਾਬ ਹੈ, ਸਮਝਾਉਣਾ ਹੈ। ਟੀਕਾ ਇਹੋ ਹੀ ਹੈ ਗੁਰੂ ਦਾ। ਗੁਰੂ ਕਹਿੰਦਾ ਨਹੀਂ ਮੈਂ ਉਧਾਰ ਧਰਮ ਦੀ ਹੈ, ਤੈਨੂੰ ਇੱਥੇ ਪਤਾ ਹੋਵੇ ਕਿ ਇੱਥੇ ਜੇ ਤੂੰ ਸੱਚ ਨਹੀਂ ਗਾਵੇਂਗਾ, ਜੇ ਤੂੰ ਜ਼ਹਿਰ ਬੀਜੇਗਾ ਤਾਂ ਉਹ ਤੈਨੂੰ ਇੱਥੇ ਹੀ ਖਾਣੀ ਪਏਗੀ, ਜੇ ਅੰਮ੍ਰਿਤ ਬੀਜੇਗਾ ਤੈਨੂੰ ਇੱਥੇ ਹੀ ਪ੍ਰਾਪਤ ਹੋਵੇਗਾ। ਇਸ ਲਈ ਆਪਣੇ ਜੀਵਨ ਨੂੰ ਤਰਾਸ ਤੋਂ, ਡਰ ਤੋਂ ਬਚਾਉਣਾ ਹੈ ਤਾਂ ਇੱਕੋ ਤਰੀਕਾ ਹੈ ਕਿ ਅਭੈ ਕਰ ਦੇ। ਇਸੇ ਗੱਲੋਂ ਤੀਜੀ ਥਾਂ 'ਤੇ ਜਦੋਂ ਆਇਆ ਹੈ ਨਾ, ਪਹਿਲਾ ਲਫਜ਼ ਹੈ ਜਮ ਕੋ ਤਰਾਸ ਭਇਓ ਡਰ, ਦੂਸਰਾ ਲਫਜ਼ ਹੈ ਪੈ ਮਰਬੇ ਕੋ ਵਿਸਰਤ ਨਾ ਹੈ, ਉੱਥੇ ਵੀ ਡਰ। ਪਰ ਤੀਜੇ ਸ਼ਬਦ ਵਿੱਚ, ਤੀਜੀ ਥਾਂ 'ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਇੱਕ ਲਫਜ਼ ਕਹਿੰਦੇ ਨੇ, ਕਹਿੰਦੇ ਨੇ ਹੇ ਮੇਰੇ ਮਾਲਕ, ਨਾਹਨ ਗੁਣ ਨਾਨਕ ਕਛ ਜਪ ਤਪ ਕੌਣ ਕਰਮ ਅਬ ਕੀਜੈ, ਨਾਨਕ ਹਾਰ ਪਰਿਓ ਸਰਨਾਗਤ, ਮੈਂ ਤੇਰੀ ਸ਼ਰਨ ਆਇਆ ਮੈਨੂੰ ਅਭੈ ਦਾਨ ਦੇ। ਅਭੈ ਦਾ ਮਤਲਬ ਹੁੰਦਾ ਭੈ ਰਹਿਤ, ਭੈ ਵਾਲਾ ਮੈਨੂੰ ਦਾਨ ਨਹੀਂ ਚਾਹੀਦਾ, ਮੈਂ ਇਹ ਆਖਾਂ ਕਿ ਜਵਾਂ ਦੀ ਤਰਾਸ ਤੋਂ ਮੈਨੂੰ ਬਚਾ ਲੈ ਅਤੇ ਮੈਂ ਗੁਨਾਹ ਕਰੀ ਜਾਵਾਂ, ਮੈਨੂੰ ਅਭੈ ਦਾਨ ਦੇ, ਮੈਂ ਡਰਾਂ ਨਾ, ਮੇਰਾ ਡਰ ਖਤਮ ਹੋ ਜਾਏ। ਆਖਰੀ ਤੋਂ ਕਹਿ ਜਿਵੇਂ ਕਹੇ ਜਨ ਨਾਨਕ ਹਾਰ ਪਰਿਓ ਸਰਨਾਗਤ, ਅਭੈ ਦਾਨ ਹੈ ਪ੍ਰਭ ਦੀਜੈ, ਮੈਨੂੰ ਅਭੈ ਦਾਨ ਦੇ, ਮੇਰਾ ਡਰ ਖਤਮ ਕਰ ਦੇ, ਮੈਨੂੰ ਭੈ ਆਵੇ ਨਾ ਡਰ ਆਵੇ ਇਸ ਜਨਮ ਵਿੱਚ, ਨਾ ਅਗਲੇ ਜਨਮ ਦੀ ਕਿਸੇ ਤੋਖਲੇ ਵਿੱਚ। ਅਤੇ ਹੁਣ ਸਵਾਲ ਇਹ ਹੈ ਕਿ ਅਭੈ ਕਿਵੇਂ ਹੋਈਦਾ ਹੈ।
ਰੋਜ਼ਾਨਾ ਸੁਖਮਨੀ ਸਾਹਿਬ ਵਿੱਚ ਇੱਕ ਤੋਂ ਪੜ੍ਹਨੇ ਕਹਿੰਦੇ ਹਾਂ। ਨਿਰਭਉ ਜਪੈ ਸਗਲ ਭਉ ਮਿਟੈ। ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ। ਇਹ ਮੁਕਤ ਹੋਈਦਾ ਹੈ। ਜੇ ਤੂੰ ਨਿਰਭਉ ਨੂੰ ਜਪੇਂਗਾ, ਉਹ ਨਿਰਭਉ ਕੇਵਲ ਇੱਕ ਹੈ, ਬਹੁਤੇ ਨਹੀਂ ਹੋ ਸਕਦੇ। ਨਾਨਕ ਨਿਰਭਉ ਨਿਰੰਕਾਰ ਸੱਚ ਏਕ। ਜੇ ਤੂੰ ਇੱਕ ਨਿਰਭਉ ਨਾਲ ਜੁੜ ਜਾਏ, ਥਾਂ ਥਾਂ 'ਤੇ ਭਟਕਣਾ ਬੰਦ ਕਰ ਦੇਵੇਂ, ਤਾਂ ਵਿਸ਼ਵਾਸ ਕਰ, ਤੇਰੇ ਸਾਰੇ ਭੈ ਮਿਟ ਜਾਣਗੇ। ਫਿਰ ਤੈਨੂੰ ਇਹ ਸੋਚਣਾ ਵੀ ਗੁਆਰਾ ਨਹੀਂ ਹੋਏਗਾ ਕਿ ਹਰਜੂ ਰੱਖ ਲਿਓ, ਜਮ ਕੋ ਤਰਾਸ ਭਇਓ ਹੋਰ ਅੰਦਰ। ਨਾ ਡਰ ਜਮਾਂ ਦਾ, ਨਾ ਡਰ ਮੌਤ ਦਾ, ਨਾ ਲਾਲਸਾ ਮੁਕਤੀ ਦੀ, ਕਿਸੇ ਚੀਜ਼ ਦੀ ਵੀ ਨਹੀਂ। ਮਨੁੱਖ ਇੰਨਾ ਨਿਸ਼ਚਿੰਤ ਅਤੇ ਨਿਰਭੈ ਹੋ ਜਾਏਗਾ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਇਹ ਤਿੰਨ ਵਾਰ ਲਫਜ਼ ਭੈ ਨੂੰ ਬਦਲਵੇਂ ਰੂਪ ਵਿੱਚ ਕਹਿਣਾ। ਪਹਿਲਾਂ ਕਹਿਣਾ ਜਮ ਕੋ ਤਰਾਸ ਭਇਓ ਅੰਤਰ, ਦੂਜੀ ਵਾਰ ਕਹਿਣਾ ਭੈ ਮਰਬੇ ਕੋ ਵਿਸਰਿਤ ਨਾਇਨ, ਅਤੇ ਤੀਜੀ ਵਾਰ ਕਹਿਣਾ ਅਭੈ ਦਾਨ ਪ੍ਰਭ ਦੇ। ਮੈਨੂੰ ਇਹਨਾਂ ਦੋਵਾਂ ਭੈਆਂ ਤੋਂ ਡਰ ਤੋਂ ਮੁਕਤ ਕਰਨ ਦਾ ਇੱਕੋ ਤਰੀਕਾ ਹੈ ਕਿ ਪ੍ਰਭੂ ਦੇ ਸੱਚ ਨਾਲ ਜੋੜ ਦੇ, ਤਾਂ ਕਿ ਉਹ ਪ੍ਰਭੂ ਜਿਹੜਾ ਨਿਰਭੈ ਹੈ, ਉਹਦੇ ਸੱਚ ਨਾਲ ਜੁੜ ਕੇ ਮੈਂ ਨਿਰਭੈ ਹੋ ਜਾਵਾਂ। ਗੁਰੂ ਕਹਿੰਦੇ ਨੇ ਹਰਜੂ ਰੱਖ ਲੈ ਹੋ, ਹਰਜੂ ਰੱਖ ਲੈ ਹੋ, ਰੱਖ ਜਪ ਤਪ ਧਰਮ ਕੌਣ ਅਬ ਕੀ ਜੈ, ਨਾਨਕ ਹਰ ਪਰਿਓ ਸਰਨਾਗਤ, ਨਾਨਕ ਹਰ ਪਰਿਓ ਸਰਨਾਗਤ, ਅਭੈ ਦਾਨ ਪ੍ਰਭ ਦੀਜੈ, ਅਭੈ ਦਾਨ ਪ੍ਰਭ ਦੀਜੈ, ਹਰਜੂ ਰੱਖੇ।